ਤੁਹਾਨੂੰ ਪੰਜਾਬੀ ਸਾਹਿਬ ਵਾਲੀ ਕਿਤਾਬ ਉਡਾ ਲੱਗਣੇ ਜਨਾਬ ਬਿਸਮਿਲ੍ਲਾ ਰਹਿਮਾਨ ਰਹੀਮ ਸੱਲੂ ਪੰਜਾਬੀ ਤਰਫੋਂ ਸੱਲੂ ਪੰਜਾਬੀ ਫੈਮਿਲੀ ਨੂੰ ਅਸਲਾਮ ਵਾਲੇਕੁਮ ਸਤਿ ਸ੍ਰੀ ਅਕਾਲ ਉਮੀਦ ਕਰਨਾ ਵਾ ਤੁਸੀਂ ਹੈਰੋ ਆਫੀਅਤ ਦੇ ਨਾਲ ਹੋਵੋਗੇ ਇਹ ਚੈੱਕ ਕਰੋ ਜਨਾਬ ਇੱਥੇ ਜਨਾਬ ਬਸੰਤ ਦੀਆਂ ਫੁੱਲ ਤਿਆਰੀਆਂ ਦੇ ਨਾਲ ਅਸੀਂ ਜਨਾਬ ਅੱਜ ਆਏ ਹਾਂ ਇਹ ਸਾਡੇ ਯੂਸਫ ਭਾਈ ਨੇ ਠੀਕ ਹੈ ਜੀ ਕਹੋ ਜੀ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਹਾਂਜੀ ਅਤੇ ਇਹ ਸਾਡੇ ਅਰਸਲਾਨ ਸਾਹਿਬ ਨੇ ਅਤੇ ਇਹ ਉਸ ਤੋਂ ਬਾਅਦ ਅਰਸਲਾਨ ਭਾਈ ਦੇ ਜਿਹੜਾ ਨਾ ਭਾਈ ਨੇ ਠੀਕ ਹੈ ਜੀ ਆਦਲ ਭਾਈ ਠੀਕ ਹੈ ਅਤੇ ਉਸ ਤੋਂ ਬਾਅਦ ਕੀ ਨਾਂ ਹੈ ਤੁਹਾਡਾ ਮੁਹੰਮਦ ਕਾਮਰਾਨ ਅਤੇ ਉਸ ਤੋਂ ਬਾਅਦ ਵੇਖੋ ਜੀ ਮੁਹੰਮਦ ਕਾਮਰਾਨ ਸਾਹਿਬ ਨੇ ਗੁੱਡੀਆਂ ਛੁੱਟੀਆਂ ਫੜੀਆਂ ਨੇ ਠੀਕ ਹੈ ਅਤੇ ਉਸ ਤੋਂ ਬਾਅਦ ਵੇਖੋ ਚਰੱਕੜੀਆਂ ਵੀ ਅਸੀਂ ਨਹੀਂ ਲਈਆਂ ਨੇ ਇਹ ਚੈੱਕ ਕਰੋ ਇਹ ਹੈ ਚਰੱਕੜੀਆਂ ਵੀ ਨਹੀਂ ਲਈਆਂ ਅਤੇ ਉਸ ਤੋਂ ਬਾਅਦ ਇਹ ਚੈੱਕ ਕਰੋ ਜਨਾਬ ਆਦਲ ਸਾਹਿਬ ਨੇ ਜਨਾਬ ਗੁੱਡੀ ਜਿਹਨੇ ਆਲਰੇਡੀ ਜਿਹਨੇ ਤਲਾਮਾਂ ਹੁਣ ਪੈਣ ਲੱਗੀਆਂ ਨੇ ਅਤੇ ਗੁੱਡੀਆਂ ਛੁੱਟੀਆਂ ਲਈ ਲਈਆਂ ਨੇ ਠੀਕ ਹੈ ਅਤੇ ਉਸ ਤੋਂ ਬਾਅਦ ਜਨਾਬ ਅਸੀਂ ਤੁਹਾਨੂੰ ਕੁਇਕ ਵਿਊ ਬਹਾਨੇ ਆ ਜਾ ਕੇ ਪਹਿਲੇ ਤਾਂ ਤੁਸੀਂ ਇਹ ਚਲੋ ਕਰੋ ਇਹ ਗਰਾਊਂਡ ਹੈ ਠੀਕ ਹੈ UAE ਦੇ ਵਿੱਚ ਅਲੈਨ ਸਿਟੀ ਹੈ ਜਿੱਥੇ ਮਾਦਾ ਨਹੀਂ ਰਹਿੰਦਾ ਹਲੇ ਮਾਦੇ ਨੂੰ ਲੈਣ ਜਾਣਾ ਵੇ ਅਤੇ ਇਹ ਵੇਖੋ ਜਨਾਬ ਇਹ ਸਾਰੀ ਗਰਾਊਂਡ ਹੈ ਇੱਥੇ ਜਿਹਾ ਨਾ ਗੁੱਡੀਆਂ ਵਗੈਰਾ ਚੜ੍ਹਦੀਆਂ ਨੇ ਇਹ ਵੇਖੋ ਜੀ ਇੱਕ ਮਿੰਟ ਇਹ ਪਤੰਗ ਚੜ੍ਹ ਰਹੀ ਨਜ਼ਰ ਆਈ ਜੇ ਇਹ ਪਤੰਗ ਚੜ੍ਹ ਰਹੀ ਹੈ ਠੀਕ ਅਤੇ ਉਸ ਤੋਂ ਬਾਅਦ ਜਿਹੜਾ ਨਾ ਇਹ ਸਾਰੀ ਜਿਹੜੀ ਗਰਾਊਂਡ ਦੇ ਵਿੱਚ ਆ ਨਾ ਲੋਕ ਆ ਰਹੇ ਨੇ ਅਤੇ ਗੁੱਡੀਆਂ ਵਗੈਰਾ ਇੱਥੇ ਉਡਾ ਰਹੇ ਨੇ ਅਤੇ ਹੁਣ ਤੁਹਾਨੂੰ ਜਨਾਬ ਅਸੀਂ ਲੈ ਕੇ ਜਾਂਦੇ ਹਾਂ ਦੁਕਾਨ 'ਤੇ ਦੁਕਾਨ 'ਤੇ ਵਿਖਾਉਂਦੇ ਹਾਂ ਠੀਕ ਹੈ ਜੀ ਉੱਥੇ ਗੁੱਡੀਆਂ ਛੁੱਟੀਆਂ ਸਟਾਲ ਲੱਗਾ ਵੇ ਹਾਂਜੀ ਭਾਈ ਜਾਨ ਅਸਲਾਮ ਵਾਲੇਕੁਮ ਕੀ ਹਾਲ ਚਾਲ ਹੈ ਜਨਾਬ ਠੀਕ ਠਾਕ ਹੋ ਲਓ ਜੀ ਇਹ ਵੇਖੋ ਜਨਾਬ ਚਰੱਕੜੀਆਂ ਵਗੈਰਾ ਪਈਆਂ ਨੇ ਜੀ ਭਾਈ ਜਾਨ ਕੀ ਹਾਲ ਚਾਲ ਹੈ ਠੀਕ ਠਾਕ ਹੋ ਇਹ ਵੇਖੋ ਜਨਾਬ ਟੇਪਾਂ ਵਗੈਰਾ ਅਤੇ ਇਹ ਭਾਈ ਜਾਨ ਅਸਲਾਮ ਵਾਲੇਕੁਮ ਕੀ ਹਾਲ ਚਾਲ ਹੈ ਜਨਾਬ ਠੀਕ ਠਾਕ ਹੋ ਉਸ ਤੋਂ ਬਾਅਦ ਇਹ ਚੈੱਕ ਕਰੋ ਜਨਾਬ ਗੁੱਡੀਆਂ ਹੀ ਗੁੱਡੀਆਂ ਜਿਹੜੀਆਂ ਨਾ ਇਹ ਚੈੱਕ ਕਰੋ ਇਹ ਚੈੱਕ ਕਰੋ ਜੀ ਗੁੱਡੀਆਂ ਦੇ ਚੈੱਕ ਕਰੋ ਇਹ ਚੈੱਕ ਕਰੋ ਉਸ ਤੋਂ ਬਾਅਦ ਇਹ ਤਲ ਵੀ ਵੇਖੋ ਜਨਾਬ ਪੂਰਾ ਜਿਹੜਾ ਨਾ ਗੁੱਡੀਆਂ ਨੇ ਦਾਲ ਭਰਿਆ ਦਾ ਅਤੇ ਉਸ ਤੋਂ ਬਾਅਦ ਇਹ ਚੜਕੜੀਆਂ ਦੀ ਇਹ ਵੇਖੋ ਡੱਬੇ ਇਹ ਚੈੱਕ ਕਰੋ ਇਹ ਵੇਖੋ ਜਨਾਬ ਇਹ ਚੈੱਕ ਕਰੋ ਇਹ ਵੀ ਅਤੇ ਉਸ ਤੋਂ ਬਾਅਦ ਇਹ ਵੀ ਵੇਖੋ ਠੀਕ ਹੈ ਜੀ ਉਸ ਤੋਂ ਬਾਅਦ ਵੇਖੋ ਇਹ ਪਤੰਗਾਂ ਵਗੈਰਾ ਪਈਆਂ ਆਦੀਆਂ ਨੇ ਠੀਕ ਹੈ ਜੀ ਅਤੇ ਇਹ ਵੇਖੋ ਜੀ ਉਸ ਤੋਂ ਬਾਅਦ ਗੁੱਡਾ ਠੀਕ ਹੈ ਜੀ ਉਸ ਤੋਂ ਬਾਅਦ ਇਹ ਚੈੱਕ ਕਰੋ ਜਨਾਬ ਲੋਕਾਂ ਨੇ ਇੱਥੇ ਜਿਹੜਾ ਟੈਂਟ ਵਗੈਰਾ ਵੀ ਲਾਏ ਨੇ ਠੀਕ ਹੈ ਇਹ ਜਨਾਬ ਅਗਲੇ ਜਿਹਾ ਨਾ ਇੱਥੇ ਗੁੱਡੀਆਂ ਵਗੈਰਾ ਆਪਣੇ ਟੈਂਟ ਸ਼ੈਂਟ ਲਾ ਕੇ ਅਤੇ ਗਾਣੇ ਸ਼ਾਣੇ ਲਾ ਕੇ ਅਤੇ ਬੈਠੇ ਨੇ ਅਤੇ ਉਹ ਦੂਸਰੀ ਸਾਈਡ ਹਲੂਣ ਜਾਂਦੇ ਹਾਂ ਅਸੀਂ ਅਤੇ ਉਸ ਤੋਂ ਬਾਅਦ ਇਹ ਵੀ ਬਹਾਨਾ ਵਾ ਇਹ ਤਾਂ ਗੁੱਡੀਆਂ ਦਾ ਸਟਾਲ ਹੋ ਗਿਆ ਨਾ ਅਤੇ ਉਸ ਤੋਂ ਬਾਅਦ ਜਿਹੜਾ ਨਾ ਗੁੱਡੀਆਂ ਸਟਾਲ ਤੋਂ ਬਾਅਦ ਜਿਹੜਾ ਨਾ ਇਹ ਪਾਣੀ ਵਗੈਰਾ ਵਾਸਤੇ ਜਿਹੜਾ ਨਾ ਸਟਾਲ ਲੱਗਾ ਹੈ ਉਸ ਤੋਂ ਬਾਅਦ ਇਹ ਜੂਸ ਵਗੈਰਾ ਠੀਕ ਹੈ ਜੂਸ ਵਗੈਰਾ ਅਤੇ ਉਸ ਤੋਂ ਬਾਅਦ ਆ ਚਾਹ ਵਗੈਰਾ ਵਾਸਤੇ ਠੀਕ ਹੈ ਅਤੇ ਚਾਹ ਵਗੈਰਾ ਵਾਸਤੇ ਅਤੇ ਉਸ ਤੋਂ ਬਾਅਦ ਇਹ ਵੀ ਦੇਖੋ ਇਹ ਰੈਸਟੋਰੈਂਟ ਵਗੈਰਾ ਜਿਹਾ ਨਾ ਬਣਿਆ ਆਦਾ ਠੀਕ ਹੈ ਜੀ ਇਹ ਸਾਰਾ ਜਿਹਾ ਨਾ ਇੱਧਰ ਚੈੱਕ ਕਰੋ ਤੁਸੀਂ ਲਓ ਜਨਾਬ ਆਦਲ ਸਾਹਿਬ ਭਰੀ ਜਿਹਾ ਨਾ ਪਾੜੇ ਨੇ ਤਲਾਮਾਂ ਗੁੱਡੀ ਨੂੰ ਠੀਕ ਹੈ ਇਹ ਹੈ ਪੈ ਗਈ ਇਹ ਤਲਾਮਾਂ ਤੁਸੀਂ ਤਲਾਮਾਂ ਪਾਓ ਅਤੇ ਉਸ ਤੋਂ ਬਾਅਦ ਆਦਲ ਸਾਹਿਬ ਅਰਸਲਾਨ ਸਾਹਿਬ ਭਰੀ ਪਾ ਰਹੇ ਅਤੇ ਯੂਸਫ ਭਾਈ ਕਿੱਥੇ ਨੇ ਅਤੇ ਇਹ ਵੇਖੋ ਜਨਾਬ ਉਸ ਤੋਂ ਬਾਅਦ ਇਹ ਵੇਖੋ ਜੁੱਡੀ ਗੁੱਡੀਆਂ ਅਸੀਂ ਖਰੀਦ ਲਈਆਂ ਨੇ ਠੀਕ ਹੈ ਜੀ ਅਤੇ ਹੁਣ ਇਹ ਅਤੇ ਗੁੱਡੀ ਛੁੱਡੀ ਉਡਾਉਣ ਲੱਗੇ ਨੇ ਮੈਂ ਜਿਹਾ ਨਾ ਮਾਦੇ ਨੂੰ ਲੈਣ ਚੱਲਾ ਵਾਂ ਇੱਥੋਂ ਤਕਰੀਬਨ 15 ਕਿਲੋਮੀਟਰ ਦੂਰ ਹੈ ਮਾਦਾ ਅਤੇ ਮਾਦੇ ਨੂੰ ਲੈ ਕੇ ਜਾਂਦਾ ਵਾਂ ਅਤੇ ਫਿਰ ਜਾਣਾ ਤੁਹਾਨੂੰ ਮਾਦੇ ਨੂੰ ਵਿਖਾਉਣਾ ਉਸ ਤੋਂ ਬਾਅਦ ਜਦੋਂ ਗੁੱਡੀ ਉਡਾਵਾਂਗੇ ਫਿਰ ਵੀ ਤੁਹਾਨੂੰ ਵਿਖਾਉਂਦੇ ਹਾਂ ਹਾਂਜੀ ਤੁਹਾਨੂੰ ਪੰਜਾਬੀ ਸਾਹਿਬ ਵਾਲੀ ਕਿਤਾਬ ਉਡਾ ਲਓ ਜੀ ਮਾਦਾ ਨਹੀਂ ਚਾੜ ਰਹੇ ਨੇ ਮਾਦਾ ਸਾਹਿਬ ਨਹੀਂ ਚਾੜ ਰਹੇ ਚੈੱਕ ਕਰੋ ਚੱਲ ਬਾਈ ਮਾਦਿਆ ਗੁੱਡੀ ਵੱਜ ਰਹੀ ਆ ਹੁਣ ਕੋਈ ਚੱਲ ਜਾਂਦੇ ਜਾਂਦੇ ਚੱਲ ਜਨਾਬ ਹੁਣ ਰਿਫਰੈਸ਼ਮੈਂਟ ਹੋ ਰਹੀ ਹੈ ਠੀਕ ਹੈ ਜੀ ਮਾਦਾ ਸਾਹਿਬ ਬੜੀ ਜਾਂਦਾ ਸਰਵ ਕਰ ਰਹੇ ਨੇ ਜੂਸ ਸਰਵ ਜੂਸ ਸਰਵ ਕਰ ਰਹੇ ਨੇ ਵੇਖੋ ਜਨਾਬ ਹੁਣ ਰਸ਼ ਵੇਖੋ ਰਸ਼ ਵੇਖੋ ਫੁੱਲ ਬਟਾ ਫੁੱਲ ਜਿਹੜਾ ਨਾ
ਵੇਖੋ ਗੱਡੀਆਂ ਤੇ ਗੱਡੀਆਂ ਆ ਰਹੀਆਂ ਤੇ ਉਸ ਤੋਂ ਬਾਅਦ ਆ ਵੇਖੋ ਸੱਲੂ ਭਾਈ ਦੇ ਹੱਥ, ਵੇਖੋ ਹੱਥ ਚੈੱਕ ਕਰੋ, ਐ ਵੀ ਵੇਖੋ ਐ ਪ੍ਰੋਫੈਸ਼ਨਲ ਅਸੀਂ ਕਾਈਟ ਫਲਾਏ ਆ। ਉਂਗਲਾਂ ਜਿਹੜੀਆਂ ਨਾ ਉਂਗਲਾਂ ਵੀ ਵਡਵਾ ਲਈਆਂ ਨੇ, ਠੀਕ ਆ ਵੀ ਇਹਦਾ ਟੇਪਾਂ ਲੱਗੀਆਂ ਨੇ ਦੋਵਾਂ ਹੱਥਾਂ ਤੇ, ਇਹ ਚੈੱਕ ਕਰੋ। ਤੇ ਉਸ ਤੋਂ ਬਾਅਦ ਤੁਸੀਂ ਰਸ਼ ਵੇਖੋ, ਸਾਡੇ ਕੋਲ ਤਾਂ ਗੁੱਡੀਆਂ ਖਤਮ ਹੋ ਗਈਆਂ ਨੇ, ਹੁਣ ਥੋੜ੍ਹੀ ਦੇਰ ਬਾਅਦ ਫਿਰ ਆਰਡਰ ਕਰਨਾ ਵੇ ਗੁੱਡੀਆਂ ਦਾ। ਆਲਰੇਡੀ ਉੱਥੇ ਜਿਹਾ ਨਾ ਕਿ ਇਹ ਆ ਤਾਂ ਗੁੱਡੀਆਂ ਖਤਮ ਹੋ ਜਾਣ, ਕਹਿੰਦੇ ਨੇ ਥੋੜ੍ਹੀ ਦੇਰ ਤੱਕ ਆਉਂਦੀਆਂ ਨੇ, ਅਤੇ ਜਦੋਂ ਆਉਂਦੀਆਂ ਨੇ ਜਨਾਬ ਸੱਲੂ ਭਾਈ ਜੀ ਫਿਰ ਜਾਣਾ 10 ਕੁ ਗੁੱਡੀਆਂ ਲਵਾਂਗੇ, ਅਤੇ ਤੁਹਾਨੂੰ ਬਖਾਨਾ ਵਾ। ਰਸ਼ ਵੇਖੋ ਕਿੰਨਾ ਪਿਆ ਹੁਣ ਇਸ ਟਾਈਮ, ਇਹ ਚੈੱਕ ਕਰੋ ਜਨਾਬ, ਸਾਰਾ ਪੂਰਾ ਜਿਹਾ ਗਰਾਊਂਡ ਭਰਿਆ ਦਾ, ਤਕਰੀਬਨ 5 ਵਜੇ ਦਾ ਟਾਈਮ ਹੋਇਆ ਹੈ। ਅਤੇ ਚੈੱਕ ਕਰੋ ਗੁੱਡੀਆਂ ਵੇਖੋ, ਅਤੇ ਉਸ ਤੋਂ ਬਾਅਦ ਜਿਹਾ ਨਾ ਇਹ ਚੈੱਕ ਕਰੋ, ਇਹ ਕੋ ਫੁੱਲ ਬੜਾ ਫੁੱਲ ਜਿਹਾ ਨਾ ਰਸ਼ ਪਿਆ ਦਾ, ਠੀਕ ਹੈ। ਅਤੇ ਇਹ ਵੇਖੋ ਜੀ ਗੁੱਡੀਆਂ ਚੈੱਕ ਕਰੋ, ਇਹ ਵੇਖੋ ਕਿੰਨਾ ਰਸ਼ ਹੈ, ਠੀਕ ਹੈ। ਚੱਲ ਆ ਗੁੱਡੀਆਂ ਆਉਂਦੀਆਂ ਨੇ ਅਤੇ ਫਿਰ ਜਾਣਾ ਮੈਂ ਲੈਣਾ ਵਾਂ, ਅਤੇ ਫਿਰ ਜਾਣਾ ਚਾੜਨੇ ਆ, ਅਤੇ ਫਿਰ ਤੁਹਾਨੂੰ ਵਹਾਨਾ ਵਾ। ਮਾਦਾ ਗਿਆ ਲੈਣ, ਅਤੇ ਹੁਣ ਮਾਦੇ ਨੂੰ ਲੱਭਣ ਦਿਆ ਵਾ। ਲੋ ਜਨਾਬ ਥੱਕ ਗਏ ਨੇ, ਅਰਸਲਾਨ ਸਾਹਿਬ ਹਰੀ ਥੱਕ ਗਏ ਨੇ, ਆਦਲ ਸਾਹਿਬ ਵੀ ਥੱਕ ਗਏ ਨੇ, ਯੂਸਫ ਭਾਈ ਵੀ ਥੱਕ ਗਏ ਨੇ ਜਨਾਬ, ਅਤੇ ਯੂਸਫ ਭਾਈ ਸੁਭਾ ਉਹਨਾਂ ਨੇ ਬਸ ਰੈਸਟ ਹੀ ਕੀਤੀ ਹੈ। ਸੁਬਹਾ 10 ਵਜੇ ਦੇ ਤਕਰੀਬਨ ਆਏ ਹਾਂ, ਅਤੇ ਹੁਣ 5 ਵਜਣ ਦੇ ਨੇ ਪੇ, 5 ਕੀ ਟਾਈਮ ਹੋਇਆ, ਆਹੋ 5:38 ਹੋ ਗਏ ਨੇ, ਠੀਕ ਹੈ। ਅਤੇ ਫਿਰ ਵੀ ਇਨਸ਼ਾਅੱਲਾ ਜੀ ਆਇਆ ਤਕਰੀਬਨ ਰਾਤੀ ਲਾਈਕ 2 ਵਜੇ ਤੱਕ ਰਹਾਂਗੇ ਜਨਾਬ। ਜਨਾਬ ਚੈੱਕ ਕਰੋ, ਜਨਾਬ ਹੁਣ ਚੈੱਕ ਕਰੋ, ਇਹ ਵੇਖੋ ਕਿੰਨੀਆਂ ਮੈਂ ਸਲੋ ਕਰਨ ਦਿਆ ਵਾਂ, ਚੈੱਕ ਕਰੋ ਕਿੰਨੀਆਂ ਜਿਹੜੀਆਂ ਨੇ ਇਸ ਟਾਈਮ ਗੁੱਡੀਆਂ ਚੜੀਆਂ ਨੇ, ਠੀਕ ਹੈ। ਅਤੇ ਰਸ਼ ਚੈੱਕ ਕਰੋ ਥੱਲੇ ਤੁਸੀਂ, ਰਸ਼ ਚੈੱਕ ਕਰੋ, ਠੀਕ ਹੈ। ਇਹ ਵੇਖੋ ਸਾਰਾ ਇਹ ਜਿਹਾ ਨਾ ਫੈਮਲੀ ਏਰੀਆ ਵੇ, ਇਹ ਜਿਹਾ ਨਾ ਇਹ ਵੇਖੋ ਸਾਰਾ ਜਿਹਾ ਨਾ ਫੈਮਲੀ ਏਰੀਆ ਵੇ। ਉਸ ਤੋਂ ਬਾਅਦ ਇਹ ਜਿਹਾ ਨਾ ਬੈਚੁਲਰ ਵਗੈਰਾ ਜਿੰਨੇ ਵੀ ਜਿਹੜੇ ਬੈਚੁਲਰ ਤੋਂ ਮੁਰਾਦ ਜਿਹੜੇ ਮੁੰਡੇ ਨੇ, ਮੁੰਡੇ ਖੁੰਡੇ, ਉਹ ਸਾਰੇ ਇਸ ਸਾਈਡ ਲਾਏ ਨੇ, ਠੀਕ ਹੈ। ਅਤੇ ਇਹ ਮੈਂ ਸੁਬਹ ਵੀਡੀਓ 'ਚ ਮੈਨੂੰ ਨਹੀਂ ਸੀ ਪਤਾ ਆਪੀ, ਹੁਣ ਜੇ ਐਵੇਂ ਪਤਾ ਚੱਲਿਆ ਸੀ ਤਾਂ ਮੈਂ ਕਿਹਾ ਚਲੋ ਆਪਣੀ ਸੱਲੂ ਪੰਜਾਬੀ ਫੈਮਲੀ ਨੂੰ ਜਨਾਬ ਇਸ ਤੋਂ ਵੀ ਅਗਾਹ ਕਰੀਏ, ਇੱਥੇ ਬਕਾਇਦਾ ਫੈਮਲੀ ਵਾਸਤੇ ਵੀ ਜਨਾਬ ਲਹਿਦਾ ਬਣਾਈ ਹੈ ਜਗ੍ਹਾ, ਉਸ ਤੋਂ ਬਾਅਦ ਬੈਚਲਰ ਵਾਸਤੇ ਲਹਿਦਾ ਬਣਾਈ ਦੀ ਹੈ, ਠੀਕ ਜੀ। ਇਹ ਚੈੱਕ ਕਰੋ ਹੁਣ ਰਸ਼ ਚੈੱਕ ਕਰੋ ਇੱਥੋਂ, ਠੀਕ ਹੈ, ਰਸ਼ ਚੈੱਕ ਕਰੋ, ਠੀਕ ਹੈ। ਮੈਂ ਤੁਹਾਨੂੰ ਵਹਾਨਾ, ਇਹ ਵੇਖੋ, ਇਹ ਵੇਖੋ ਜੀ ਹੁਣ ਮੈਂ ਅੱਗੇ ਲੈ ਕੇ ਚੱਲਦਾ ਵਾ ਨਾ, ਵੇਖੋ ਜੀ ਕਮ ਅਜ਼ ਕਮ 2000 ਤੋਂ ਉੱਤੇ ਗੱਡੀ ਖਲੋਤੀ ਹੈ ਇਸ ਟਾਈਮ ਇੱਥੇ, ਇਹ ਵੇਖੋ ਜਿੱਤਲ ਜਿੱਤਲ ਨਜ਼ਰ ਪੈਂਦੀ ਉਤਲ ਉਤਲ ਗੱਡੀ ਵੀ ਹੈ ਅਤੇ ਗੁੱਡੀ ਵੀ ਹੈ, ਇਹ ਵੇਖੋ ਵੇਖੋ ਗੁੱਡੀਆਂ ਪਾਰਟੀਆਂ ਦੀਆਂ ਪਈਆਂ ਨੇ ਇੱਥੇ। ਉਸ ਤੋਂ ਬਾਅਦ ਇਹ ਵੇਖੋ ਇਹ ਜਿੰਨੇ ਵੀ ਬੰਦੇ ਖਲੋਤੇ ਨੇ ਨਾ, ਇਹ ਵੇਖੋ ਇਹ ਤੂੰ ਹਿਸਾਬ ਲਾ ਲਓ, ਇਹ ਜਿੰਨੇ ਵੀ ਬੰਦੇ ਖਲੋਤੇ ਨੇ ਇਹ ਸਾਰੇ ਜਨਾਬ ਗੁੱਡੀਆਂ ਦੇ ਸ਼ਿਕਾਰ 'ਚ ਖਲੋਤੇ ਨੇ, ਠੀਕ ਹੈ। ਅਤੇ ਇਹ ਵੇਖੋ ਇੱਥੋਂ ਇਹ ਜਿਹਾ ਨਾ ਇਸ ਤੋਂ ਪਾਰ ਜਿਹੜਾ ਨਾ ਜਿਹੜੀਆਂ ਪਹਾੜੀਆਂ ਨਜ਼ਰ ਆ ਰਹੀਆਂ ਨਾ, ਇਹ ਓਮਾਨ ਹੈ, ਓਮਾਨ ਦਾ ਬਾਰਡਰ ਹੈ, ਠੀਕ ਹੈ। ਅਤੇ ਉਸ ਤੋਂ ਬਾਅਦ ਇਹ ਚੈੱਕ ਕਰੋ, ਅਤੇ ਉਸ ਤੋਂ ਬਾਅਦ ਐਂਡ 'ਤੇ ਆਏ, ਐਂਡ ਦੀ ਗਰਾਊਂਡ ਦੇ ਬਾਅਦ ਇਹ ਚੈੱਕ ਕਰੋ, ਇੱਥੋਂ ਵਿਊ ਚੈੱਕ ਕਰੋ ਕਿਆ ਕਮਾਲ ਦਾ, ਸਾਰੀਆਂ ਵੇਖੋ ਇੱਥੇ ਗੱਡੀਆਂ ਜਿਹੜੀਆਂ ਨਾ ਨਜ਼ਰ ਆ ਰਹੀਆਂ ਨੇ, ਠੀਕ ਹੈ ਜੀ, ਜਿੱਥੋਂ ਜਿੱਥੋਂ ਤੱਕ ਨਜ਼ਰ ਜਾ ਰਹੀ ਹੈ ਜਨਾਬ ਗੱਡੀਆਂ ਨਜ਼ਰ। ਇੱਥੋਂ ਹੁਣ ਚੈੱਕ ਕਰੋ, ਇਹ ਵੇਖਿਆ ਫੁੱਲ ਗਰਾਊਂਡ ਹੋਈ ਹੈ ਅਤੇ ਗੁੱਡੀਆਂ ਚੈੱਕ ਕਰੋ ਤੁਸੀਂ, ਇਹ ਵੇਖਿਆ ਇੱਥੋਂ ਸਹੀ ਗੁੱਡੀਆਂ ਦਾ ਜਿਹੜਾ ਨਾ ਵਿਊ ਨਜ਼ਰ ਆ ਰਿਹਾ, ਗੁੱਡੀਆਂ ਚੜ ਰਹੀਆਂ ਨੇ। ਉਸ ਤੋਂ ਬਾਅਦ ਵੇਖੋ ਸਨਸੈੱਟ ਵੀ ਹੋ ਰਿਹਾ ਵੇ, ਇੱਥੋਂ ਚੈੱਕ ਕਰੋ, ਇਹ ਵੇਖੋ ਸਨਸੈੱਟ ਹੋ ਰਿਹਾ, ਠੀਕ ਹੈ ਜੀ, ਸੂਰਜ ਗਰੂਪ ਹੋ ਰਿਹਾ, ਸਨਸੈੱਟ ਤੋਂ ਮੁਰਾਦ ਸੂਰਜ ਗਰੂਪ ਹੋ ਰਿਹਾ। ਅਤੇ ਇਹ ਸਾਡੇ ਮਾਦਾ ਸਾਹਿਬ ਹਰੀ ਨੇ, ਮਾਦਾ ਸਾਹਿਬ ਹਰੀ ਵੀ ਗੁੱਡੀ ਲੁੱਟਣ ਚੱਲੇ ਨੇ, ਉਹ ਫੜੀ ਫੜੀ ਮਾਦੇ ਉਹ ਵੀ ਕਿਉਂ ਆਈ ਆ ਗੁੱਡੀ ਆਈ ਤੇ ਉਹ ਮਾਦਾ ਸਾਹਿਬ ਡੋਰ ਝੰਬੜ ਗਈ। ਇਹ ਵੇਖੋ ਗੁੱਡੀਆਂ ਆਈ, ਗੁੱਡੀਆਂ ਵੇਖੋ ਜਨਾਬ ਪੂਰਾ ਰਸ਼ ਪਿਆ ਦਾ, ਅਤੇ ਹੁਣ ਥੋੜ੍ਹੀ ਦੇਰ ਤੱਕ ਅਸੀਂ ਇੰਤਜ਼ਾਰ ਕਰਨੇ ਆ ਪਏ, ਗੁੱਡੀਆਂ ਹਾਲੇ ਤੱਕ ਨਹੀਂ ਆਈਆਂ, ਠੀਕ ਹੈ, ਜਦੋਂ ਆਉਂਦੀਆਂ ਨੇ ਫਿਰ ਲੈਣੀਆਂ ਨੇ। ਤਕਰੀਬਨ ਰਾਤੀ ਜਿਹਾ ਨਾ ਅੱਜ ਰਵਾਂਗੇ ਥੋੜ੍ਹੀ, ਤਕਰੀਬਨ 9-10 ਵਜੇ ਨਾਲ ਇੱਥੋਂ ਨਿਕਲਾਂਗੇ, ਅਤੇ ਇਨਸ਼ਾਅੱਲਾ ਰਾਤ ਦਾ ਵੀ ਤੁਹਾਨੂੰ ਮੰਜ਼ਰ ਵਹਾਵਾਂਗਾ, ਲਾਈਟਾਂ ਸ਼ਾਈਟਾਂ ਗੱਡੀਆਂ ਦੀਆਂ ਬਲੀਆਂ ਹੋਣਗੀਆਂ, ਅਤੇ ਇਨਸ਼ਾਅੱਲਾ ਜਿਹਾ ਤੁਹਾਨੂੰ ਵਹਾਨਾ ਵਾ, ਹੁਣ ਥੋੜ੍ਹਾ ਥੋੜ੍ਹਾ ਅਸੀਂ ਜ਼ਰਾ ਇੰਜੋਏ ਕਰ ਲਈਏ। ਫਿਰ ਵਿਊ ਚੈੱਕ ਕਰੋ, ਗੁੱਡੀਆਂ ਹੀ ਗੁੱਡੀਆਂ, ਐਂ ਹੈ
ਕਿਆ ਕਮਾਲ ਦਾ ਵਿਊ ਹੈ। ਠੀਕ ਹੈ ਜੀ, ਇਹ ਵੇਖੋ ਜੀ ਗੁੱਡੀ ਭੋ ਕੇ ਵੀ ਜਾ ਰਹੀ ਹੈ। ਚੱਲ ਮੈਂ ਤੇ ਦੌੜ ਲਾ ਗੁੱਡੀ ਫੜ। ਜਨਾਬ 80 ਦਿਰਮ ਦੀ ਆ 10, 8 ਦਿਰਮ ਦੀ ਇੱਕ ਪੈ ਗਏ। ਠੀਕ ਹੈ, ਤੇ ਹੁਣ ਇਹ ਜਨਾਬ ਹੁਣ ਦੂਸਰਾ ਰਾਊਂਡ ਸ਼ੁਰੂ ਕਰਦੇ ਆ। ਤਕਰੀਬਨ ਦਿਹਾੜੇ ਚ ਕਿੰਨੇ ਆ, 50 ਦੇ ਕਰੀਬ ਜਿਹੜੀਆਂ ਨਾ ਗੁੱਡੀਆਂ ਉਡਾ ਲਈਆਂ ਨੇ, ਤੇ ਹੁਣ ਆ ਲਾਸਟ ਸਟੈਪ ਹੈ। ਇਸ ਤੋਂ ਬਾਅਦ ਫਿਰ ਜਨਾਬ ਅੱਲਾ ਹਾਫਿਜ਼, ਘਰ ਚੱਲਾਂਗੇ ਇਨਸ਼ਾਅੱਲਾ। ਮਾਤਾ ਸਾਹਿਬ ਭਰੀ ਲਾਸਟ ਵੀਡੀਓ, ਲਾਸਟ ਗੁੱਡੀ ਹੈ ਮਾਤਾ ਸਾਹਿਬ ਭਰੀ, ਤੇ ਉਸ ਤੋਂ ਬਾਅਦ ਆਦਲ ਸਾਹਿਬ ਭਰੀ ਜੇ ਨਾਲ ਲਾਸਟ ਗੁੱਡੀ ਚੜ੍ਹਨ ਲੱਗੇ ਨੇ। ਠੀਕ ਹੈ, ਇਸ ਤੋਂ ਬਾਅਦ ਜਨਾਬ ਹੁਣ ਤਕਰੀਬਨ 9 ਵੱਜ ਗਏ ਨੇ। ਠੀਕ ਹੈ, ਤੇ ਹੁਣ ਦਵੋ ਸੱਲੂ ਪੰਜਾਬੀ ਸਾਹਿਬਾਂ ਨੂੰ, ਇਹ ਗੁੱਡੀ ਤੋਂ ਬਾਅਦ ਅਸੀਂ ਚੱਲੇ ਹਾਂ, ਹੁਣ ਦਵੋ ਸੱਲੂ ਪੰਜਾਬੀ ਨੂੰ ਇਜਾਜ਼ਤ। ਮਾਤਾ ਸਾਹਿਬ ਨੂੰ, ਮਾਤਾ ਸਾਹਿਬ ਕਹੋ ਜੀ ਬਾਏ ਬਾਏ। ਬਾਏ ਬਾਏ ਜੀ, ਅੱਲਾ ਹਾਫਿਜ਼ ਜੀ, ਅਮਾਨ ਅੱਲਾ। ਆਦਲ ਭਾਈ ਕਹੋ ਜੀ ਬਾਏ। ਇਹ ਤਾਂ ਲੈਟ ਚ ਲੈਟ ਚਾਹੋ, ਲੈਟ ਚ ਲੈਟ ਸੱਲੂ ਪੰਜਾਬੀ ਨੂੰ ਇਜਾਜ਼ਤ। ਉਮੀਦ ਕਰਨਾ ਵਾ ਕਿ ਸੱਲੂ ਪੰਜਾਬੀ ਸਾਹਿਬ ਹੈ ਨਾ ਜਨਾਬ, ਤੁਹਾਨੂੰ ਜੇ ਨਾ ਇੰਟਰਨੈਸ਼ਨਲ ਬਸੰਤ ਵਹਾਈਏ। ਠੀਕ ਹੈ, ਹੁਣ ਦਵੋ ਸੱਲੂ ਪੰਜਾਬੀ ਨੂੰ ਇਜਾਜ਼ਤ। ਖੁਸ਼ ਰਹੋ, ਹੱਸਦੇ ਵਾਸਤੇ ਰਹੋ, ਅੱਲਾ ਪਾਕ ਤੁਹਾਡੇ ਤੇ ਵੀ ਰਹਿਮਤ ਕਰੇ, ਮੇਰੇ ਤੇ ਵੀ ਰਹਿਮਤ ਕਰੇ। ਵੇਖੋ ਗਲਾ ਜਿਹੜਾ ਬਿਲਕੁਲ ਹੀ ਬਹਿ ਗਿਆ। ਠੀਕ ਹੈ, ਹੁਣ ਦਵੋ ਸੱਲੂ ਪੰਜਾਬੀ ਨੂੰ ਇਜਾਜ਼ਤ, ਖੁਸ਼ ਰਹੋ, ਹੱਸਦੇ ਵਾਸਤੇ ਰਹੋ। ਤੇ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਜਨਾਬ ਕਿਸੇ ਬੰਦੇ ਨੇ ਪਰਫਿਊਮ ਤੇ ਘੜੀ ਲੈਣੀ ਹੈ, ਉਹ ਯਾਸਰ ਭਾਈ ਦੇ ਨਾਲ ਰਾਬਤਾ ਕਰ ਸਕਦਾ, ਪੂਰੇ ਪਾਕਿਸਤਾਨ ਦੇ ਵਿੱਚ ਡਿਲੀਵਰੀ ਦਿੱਤੀ ਜਾਏਗੀ। ਚਲੋ ਜੀ, ਇਹ ਵੇਖੋ ਜੀ, ਆਹ ਚਿੱਟੀਆਂ ਹੀ ਚਿੱਟੀਆਂ ਗੁੱਡੀਆਂ ਚੜੀਆਂ ਹੀ ਨੇ, ਤੇ ਉਸ ਤੋਂ ਬਾਅਦ ਹੱਥਾਂ ਦਾ ਵੀ ਹਾਲ ਵੇਖੋ, ਇਹ ਵੇਖੋ ਆ ਰਹੀ ਨਜ਼ਰ। ਚਲੋ ਜੀ, ਹੁੰਦਾ ਸੱਲੂ ਪੰਜਾਬੀ ਨੂੰ ਇਜਾਜ਼ਤ, ਪਾਕਿਸਤਾਨ ਜ਼ਿੰਦਾਬਾਦ।